जगबाणी टीवी देख रहे सारे ही दर्शकों का स्वागत है। दोस्तों, पंजाब कांग्रेस के विच आने वाले समय के विच हालात कोई सुखावे हुंदे नजर नहीं आ रहे। हाल ही दे विच सेहत मंत्री बलबीर सिंह सिद्धू ते गुरप्रीत सिंह कांगड़ दे वल्लों एक प्रेस कॉन्फ्रेंस की गई है, जिस दे विच उन्हां ने कहा कि उन्हां नूं कैबिनेट दे विचों बाहर कर दिता गया ते उन्हां दा कसूर की सी। इस संबंधी उन्हां ने कांग्रेस हाई कमान नूं सवाल किया है। उन्होंने कहा कि उन्होंने अपने कार्यकाल के दौरान अपनी कैबिनेट दे विच मंत्री रहिंदिआं अनेक काम किए ने, लोक भलाई दे काम किए ने। डॉक्टर बलबीर सिंह सिद्धू का कहना है कि सेहत महकमे दे विच उन्होंने अपनी वक्री भूमिका निभाई है, कोरोना महामारी के दौरान भी उन्होंने चंगी भूमिका निभाई सी। ते दूजे पासे गुरप्रीत कांगड़ ने भी अपनियां जो प्राप्तियां सन सेहत जो अपनियां प्राप्तियां सन कैबिनेट दे विच रहिंदिआं उह गणवाईआं, पर नाल ही जदों उह सवाल करदे ने कि आखिर उन्हां दी की गलती है, की कसूर है, कांग्रेस हाई कमान तों सवाल उन्हां ने कीता है कि इना काम करने के बावजूद अज उन्हां नूं कैबिनेट दे विचों बाहर दा रस्ता दिखा दिता गया, यह चंगी गल नहीं है। ते नाल ही उन्होंने कहा कि जेकर अस्तीफा चाहिदा ही सी, जे उन्हां नूं कैबिनेट दे विचों बाहर करना ही चाहिदा करना ही सी, तां उन्हां नूं बकायदा उह कह दिंदे तां उह खुद अस्तीफा दे दिंदे। इस गल का उन्होंने जिक्र किया। इस संबंधी गुरप्रीत कांगड़ हुणा दे नाल भी गलबात हुई है, उन्हां दा की कहना है आपां सुणदे हां। ਅਸੀਂ ਪਾਰਟੀ ਦੇ ਨਾਲ ਹੈ, ਬਾਕੀ ਜੋ ਸਾਨੂੰ ਹੁਕਮ ਕਰੂਗੀ ਅਸੀਂ ਪਾਰਟੀ ਤੋਂ ਬਾਹਰ ਹੈ ਹੀ ਨਹੀਂ। ਰਾਣਾ ਗੁਰਜੀਤ ਬਾਰੇ ਜਿਵੇਂ ਲੱਗ ਰਿਹਾ ਕਿ ਗਿਆ ਦੁਆਬਾ ਦੇ ਵਿਧਾਇਕਾਂ ਵੱਲੋਂ, ਤੁਹਾਨੂੰ ਲੱਗਦਾ ਫੈਸਲੇ ਨਵਜੋਤ ਸਿੰਘ ਸਿੱਧੂ ਲੈ ਲਏ ਇਸ ਅਸੀਂ ਕੋਈ ਕਮੈਂਟ ਨਹੀਂ ਕਰਨਾ। ਅਸੀਂ ਤਾਂ ਆਪਦਾ ਤੁਹਾਨੂੰ ਦਰਦ ਦੱਸਿਆ ਵੀ ਸਾਡਾ ਜਿਹੜਾ ਨਾ ਅਸੀਂ ਸੋਚ ਰਹੇ ਹਾਂ ਵੀ ਅਸੀਂ ਪਾਰਟੀ ਦੇ ਵਫਾਦਾਰ ਸਿਪਾਹੀ ਬਣ ਕੇ ਮੁੱਖ ਮੰਤਰੀ ਨਾਲ ਮੋਢੇ ਨਾਲ ਮੋਢਾ ਲਾ ਕੇ ਸੇਵਾ ਕੀਤੀ ਹੈ। ਅਸੀਂ ਬਾਗੀ ਨਹੀਂ ਹੋਏ, ਅੱਜ ਤੱਕ ਪਾਰਟੀ ਦੇ ਖਿਲਾਫ਼ ਨਹੀਂ ਹੋਏ, ਅੱਜ ਤੱਕ ਸਾਡੇ ਕੋਈ ਅਖਬਾਰ 'ਚ ਮੇਰੇ ਕੋਈ ਆਪੋਜੀਸ਼ਨ ਦਾ ਕਿਤੇ ਵਿਧਾਨ ਸਭਾ ਦੇ ਵਿੱਚ ਕਿਤੇ ਪ੍ਰੈਸ ਕਾਨਫਰੰਸ ਕਿਤੇ ਆ ਪੜਿਆ ਨੇ ਕਿਤੇ ਮੇਰਾ ਅੱਜ ਤੱਕ ਪਾਰਟੀ ਜੋ ਸਾਨੂੰ ਹੁਕਮ ਕਰੂਗੀ ਅਸੀਂ ਪਾਰਟੀ ਤੋਂ ਬਾਹਰ ਹੈ ਹੀ ਨਹੀਂ। ਰਾਣਾ ਗੁਰਜੀਤ ਬਾਰੇ ਜਿਵੇਂ ਲੱਗ ਰਿਹਾ ਗਿਆ ਦੁਆਬਾ ਦੇ ਵਿਧਾਇਕਾਂ ਵੱਲੋਂ, ਤੁਹਾਨੂੰ ਲੱਗਦਾ ਫੈਸਲੇ ਨਵਜੋਤ ਸਿੰਘ ਸਿੱਧੂ ਲੈ ਲਏ ਅਸੀਂ ਕੋਈ ਕਮੈਂਟ ਨਹੀਂ ਕਰਨਾ। ਅਸੀਂ ਤਾਂ ਆਪਦਾ ਤੁਹਾਨੂੰ ਦਰਦ ਦੱਸਿਆ ਵੀ ਸਾਡਾ ਜਿਹੜਾ ਨਾ ਅਸੀਂ ਸੋਚ ਰਹੇ ਹਾਂ ਵੀ ਅਸੀਂ ਪਾਰਟੀ ਦੇ ਵਫਾਦਾਰ ਸਿਪਾਹੀ ਬਣ ਕੇ ਮੁੱਖ ਮੰਤਰੀ ਨਾਲ ਮੋਢੇ ਨਾਲ ਮੋਢਾ ਲਾ ਕੇ ਸੇਵਾ ਕੀਤੀ ਹੈ। ਅਸੀਂ ਬਾਗੀ ਨਹੀਂ ਹੋਏ, ਅੱਜ ਤੱਕ ਪਾਰਟੀ ਦੇ ਖਿਲਾਫ਼ ਨਹੀਂ ਹੋਏ, ਅੱਜ ਤੱਕ ਸਾਡੇ ਕੋਈ ਅਖਬਾਰ 'ਚ ਮੇਰੇ ਕੋਈ ਆਪੋਜੀਸ਼ਨ ਦਾ ਕਿਤੇ ਵਿਧਾਨ ਸਭਾ ਦੇ ਵਿੱਚ ਕਿਤੇ ਪ੍ਰੈਸ ਕਾਨਫਰੰਸ ਕਿਤੇ ਆ ਪੜਿਆ ਨੇ ਕਿਤੇ ਮੇਰੇ ਅੱਜ ਤੱਕ ਬੜਾ। ਸੋ ਜੇਕਰ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਪੰਜਾਬ ਕਾਂਗਰਸ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਹਾਲਾਤ ਨੇ ਉਹ ਸਖਾਵੇਂ ਹੁੰਦੇ ਜਾਪਦੇ ਨਹੀਂ ਆ ਰਹੇ। ਹੋ ਸਕਦਾ ਕੋਈ ਵੱਡੀ ਬਗਾਵਤ ਪੰਜਾਬ ਕਾਂਗਰਸ ਦੇ ਵਿੱਚ ਦੇਖਣ ਨੂੰ ਮਿਲੇ, ਕਿਉਂਕਿ ਜੇਕਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਪੰਜਾਬ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਤੇ ਉਹਨਾਂ ਦੇ ਨਾਲ ਦੇ ਜਿਹੜੇ ਮੰਤਰੀ ਨੇ ਉਹਨਾਂ ਨੇ ਅੱਜ ਸਹੁੰ ਚੁੱਕਣੀ ਹੈ, ਕੈਬਨਿਟ ਦਾ ਵਿਸਥਾਰ ਹੋਣਾ। ਦੂਜੇ ਪਾਸੇ ਜੇਕਰ ਦੇਖਿਆ ਜਾਵੇ ਬਲਬੀਰ ਸਿੰਘ ਸਿੱਧੂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਨਾਲ ਹੀ ਗੁਰਪ੍ਰੀਤ ਸਿੰਘ ਕਾਂਗੜ ਉੱਥੇ ਮੌਜੂਦ ਹੁੰਦੇ ਨੇ। ਕਿਤੇ ਨਾ ਕਿਤੇ ਆਸਾਰ ਬਣਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਕਾਂਗਰਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਸੁਖਾਵੇਂ ਨਹੀਂ ਹੋਣਗੇ। ਤੁਸੀਂ ਬਣੇ ਰਹੋ ਜਗਬਾਣੀ ਟੀਵੀ ਦੇ ਨਾਲ, ਮੇਰੇ ਨਾਲ ਕੈਮਰਾ ਪਰਸਨ ਅਮਿਤ ਕੁਮਾਰ।